ਮੋਗਾ ਜ਼ਿਲ੍ਹੇ ਵਿੱਚ ਨਸ਼ੇ ਦਾ ਕਹਿਰ ਜਾਰੀ। 31 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ। ਮੇਰਾ ਪੁੱਤ ਨਸ਼ਾ ਨਹੀਂ ਕਰਦਾ ਸੀ, ਮ੍ਰਿਤਕ ਦੀ ਮਾਤਾ। ਮ੍ਰਿਤਕ ਅਮਰਜੀਤ ਸਿੰਘ ਸੀ, ਕਬੱਡੀ ਦਾ ਖਿਡਾਰੀ, ਪਿੱਛੇ 2 ਬੱਚੇ ਅਤੇ ਪਤਨੀ ਨੂੰ ਛੱਡ ਗਿਆ। ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਮੌਤ ਦੇ ਅਸਲੀ ਕਾਰਨਾਂ ਦਾ। ਥਾਣਾ ਮੁਖੀ ਮੋਗਾ ਦੇ ਨਜ਼ਦੀਕ ਪਿੰਡ ਡਾਲਾ ਦੇ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਡਾਲਾ ਦੇ ਅਮਰਜੀਤ ਸਿੰਘ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ, ਜਿਸ ਦੀ ਲਾਸ਼ ਨਾਲ ਲੱਗਦੇ ਪਿੰਡ ਬੁਹਾਨਾ ਦੀ ਡਰੇਨ ਤੋਂ ਮਿਲੀ ਹੈ। ਮ੍ਰਿਤਕ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਨਸ਼ੇ ਕਰਨ ਦਾ ਆਦੀ ਸੀ। ਥਾਣਾ ਮਹਿਣਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਭੇਜ ਦਿੱਤਾ। ਮ੍ਰਿਤਕ ਦੀ ਮਾਤਾ ਨੇ ਦੱਸਿਆ ਹੈ ਕਿ ਪਿੰਡ ਦੇ ਹੀ 2 ਨੌਜਵਾਨ ਉਸਦੇ ਲੜਕੇ ਨੂੰ ਸਵੇਰੇ 6 ਵਜੇ ਦੇ ਕਰੀਬ ਘਰੋਂ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਏ ਅਤੇ ਬਾਅਦ ਵਿੱਚ ਪਤਾ ਲੱਗਾ ਉਸਦੇ ਲੜਕੇ ਦੀ ਮੌਤ ਹੋ ਗਈ ਹੈ। ਉਸਨੇ ਕਿਹਾ ਹੈ ਕਿ ਮੇਰਾ ਪੁੱਤ ਨਸ਼ੇ ਦਾ ਆਦੀ ਨਹੀਂ ਸੀ। ਉੱਥੇ ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਮ੍ਰਿਤਕ ਕਬੱਡੀ ਦਾ ਖਿਡਾਰੀ ਸੀ, ਜਿਸ ਨੂੰ ਕੁਝ ਸਮਾਂ ਪਹਿਲਾਂ ਨਸ਼ੇ ਦੀ ਲੱਤ ਲੱਗ ਗਈ ਅਤੇ ਅੱਜ ਸਵੇਰੇ 2 ਮੁੰਡੇ ਘਰੋਂ ਲੈ ਕੇ ਗਏ। ਬਾਅਦ ਵਿੱਚ ਪਿੰਡ ਵਿੱਚ ਪਤਾ ਲੱਗਿਆ ਕਿ ਅਮਰਜੀਤ ਦੀ ਮੌਤ ਹੋ ਗਈ ਹੈ। ਉਹਨਾਂ ਕਿਹਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਉਹਨਾਂ ਕਿਹਾ ਹੈ ਕਿ ਮ੍ਰਿਤਕ ਦੇ 2 ਬੱਚੇ ਸਨ। ਜਿਹੜਾ ਨੌਜਵਾਨ ਹੈ, ਸਾਡੇ ਪਿੰਡ ਦਾ ਵਧੀਆ ਇੱਕ ਕਬੱਡੀ ਖਿਡਾਰੀ ਸੀ ਇਹ ਮੁੰਡਾ। ਪਤਾ ਨਹੀਂ ਕਦੋਂ ਇਹ ਨਸ਼ਿਆਂ ਦੀ ਮਤਲਬ ਇਸ ਲੱਤ ਦੇ ਨੂੰ ਲੱਗ ਗਈ ਹੈ। ਇਹ ਕੁਛ ਸਮਾਂ ਪਹਿਲਾਂ ਵੀ ਥੋੜ੍ਹਾ ਥੋੜ੍ਹਾ ਨਸ਼ੇ ਦਾ ਆਦੀ ਹੋ ਚੁੱਕਾ। ਅੱਜ ਇਹ ਸਵੇਰੇ ਦੂਜੇ ਨਾਲ ਦੇ ਪਿੰਡ ਦੇ 2 ਮੁੰਡਿਆਂ ਦੇ ਨਾਲ ਮੋਟਰਸਾਈਕਲ 'ਤੇ ਉਹਨੂੰ ਮੁੰਡੇ ਨਾਲ ਲੈ ਕੇ ਗਏ, ਘਰੋਂ ਬਿਠਾ ਕੇ ਘਰੇ ਲੈ ਕੇ ਗਏ। ਪਤਾ ਨਹੀਂ ਇਹ ਪਿੰਡੋਂ ਲੈ ਕੇ ਗਏ ਡੋਜ਼ ਜਾਂ ਇਹਨਾਂ ਨੇ ਕਿਤੋਂ ਬਾਹਰੋਂ ਖਰੀਦ ਕੀਤੀ ਹੈ। ਆਪਦੇ ਦੂਜੇ ਭਰਾ ਦੇ ਇਹ 1100 ਰੁਪਈਆ ਘਰੋਂ ਚੋਰੀ ਕਰਕੇ ਲਿਆ ਸੀ, 400-500 ਰੁਪਈਆ ਨੇ ਖਰਚ ਕੀਤਾ, ਬਾਕੀ 600-700 ਰੁਪਈਆ ਦੇ ਜਦੋਂ ਮਰਿਆ ਇਹਦੇ ਕੱਪੜੇ 'ਚੋਂ ਮਿਲਿਆ। ਸਾਨੂੰ ਤਾਂ ਇਹਦਾ ਪਤਾ ਲੱਗਾ ਤਕਰੀਬਨ ਸਵੇਰੇ 9 ਵਜੇ 8:30-9 ਵਜੇ ਪਤਾ ਲੱਗਾ, ਜਦੋਂ ਆਪਣੇ ਮਹਿਣੇ ਥਾਣੇ ਤੋਂ ਜਿਹੜੇ ASI ਰਵਿੰਦਰ ਪ੍ਰਸ਼ਾਦ ਹੈ ਇਹਨਾਂ ਨੇ ਜਾ ਕੇ ਫੋਨ ਕੀਤਾ ਵੀ ਇਸ ਤਰ੍ਹਾਂ ਕਰ, ਤੁਸੀਂ ਜੇਬ 'ਚੋਂ ਆਧਾਰ ਕਾਰਡ ਮਿਲਿਆ, ਉੱਥੇ ਅਮਰਜੀਤ ਸਿੰਘ ਪੁੱਤਰ ਜਸਵੀਰ ਸਿੰਘ ਪਿੰਡ ਡਾਲਾ ਲਿਖਿਆ ਹੋਇਆ। ਅੱਛਾ, ਤੁਹਾਡੇ ਬੇਟੇ ਦੀ ਮੌਤ ਹੋਈ ਹੈ, ਕਿਸ ਤਰ੍ਹਾਂ ਹੋਈ ਹੈ ਜੀ? 2 ਜਣੇ ਵਹਾ ਕੇ ਲੈ ਗਏ ਮੇਰੇ ਮੁੰਡੇ ਨੂੰ, ਕਹਿੰਦੇ ਜੋਤਾਂ ਲਾਉਣ ਜਾਣਾ, ਕਹਿੰਦੇ ਜੋਤਾਂ ਲਾ ਕੇ ਆਉਂਦੇ ਹਾਂ ਅਸੀਂ। ਮੁੜ ਕੇ ਘੰਟੇ ਨੂੰ ਫੋਨ ਆ ਗਿਆ ਵੀ ਉਹਦੀ ਮੌਤ ਹੋ ਗਈ। ਉਹ ਜਿਹੜੇ ਬੰਦੇ ਲੈ ਕੇ ਗਏ ਕੀ ਕੰਮ ਕਰਦੇ? ਉਹ ਚਿੱਟਾ ਵੇਚਦੇ ਆ। ਕਿੱਥੋਂ ਦੇ ਰਹਿਣ ਵਾਲੇ? ਡਾਲੇ ਦੇ ਰਹਿਣ ਵਾਲੇ ਆ। ਤੁਹਾਡੇ ਬੱਚੇ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਜੀ? ਸਾਡਾ ਚਿੱਟਾ ਪਤਾ ਨਹੀਂ ਚਿੱਟਾ ਪਿਆ, ਅੱਖਾਂ ਨਹੀਂ ਪਤਾ ਕਿਵੇਂ ਕੀਤਾ ਉਹਨਾਂ ਨੇ, ਕੀ ਵਾ ਕੀ ਕੀਤਾ ਉਹਨਾਂ ਨੇ ਉਹਦੇ ਨਾਲ, ਵਿਚਾਲੇ ਵਾ ਕੇ ਲਿਆ ਗਏ, ਧੱਕੇ ਨਾਲ ਲਾ ਕੇ ਲਿਆ ਗਿਆ ਘਰ। ਅੱਛਾ, ਕਿੰਨੀ ਉਮਰ ਕਿੰਨੀ ਸੀ ਤੁਹਾਡੇ ਬੱਚੇ? ਉਹ ਸੀ 32 ਸਾਲ ਦੀ। ਕੀ ਨਾਂ ਕੀ ਸੀਗਾ ਜੀ? ਅਮਰਜੀਤ ਸਿੰਘ। ਚਾਹੇ ਸਰਕਾਰ ਲੱਖ ਦਾਅਵੇ ਕਰੀ ਜਾਂਦੀ ਹੈ ਵੀ ਅਸੀਂ ਪਾਈਪ ਲਾਈਨ ਬ੍ਰੇਕ ਡਾਊਨ ਕਰਤੀ, ਅਸੀਂ ਉਹ ਕਰਤਾ, ਈਵਨ ਕਿ ਹੁਣ ਤਾਂ ਸਰਕਾਰ ਦੇ ਜਿਹੜੇ ਕੀ ਪੋਸਟ 'ਤੇ ਬੈਠੇ ਹੋਏ ਨੁਮਾਇੰਦੇ ਹੈਗੇ ਆ, ਲਾਈਕ SSP ਫਿਰੋਜ਼ਪੁਰ ਸੰਦੀਪ ਗੋਇਲ, ਉਹਨਾਂ ਨੇ ਐਡਮਿਟ ਕੀਤਾ ਕਿ ਬਲੈਕ ਸ਼ੀਪਸ, ਕਾਲੀਆਂ ਭੇਡਾਂ ਸਾਡੇ ਮਹਿਕਮੇ ਦੇ ਵਿੱਚ ਆ ਜਿਹੜੀਆਂ ਨਸ਼ਾ ਵਿਖਾਉਣਗੀਆਂ ਔਰ ਨਸ਼ੇ ਦਾ ਧੰਦਾ ਕਰੂਗੀਆਂ। ਸੋ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਹਿਣ ਨੂੰ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦਾ ਜਿਹੜਾ ਜਾਲ ਫੈਲਿਆ ਵਾ, ਇਹਦੇ ਵਿੱਚ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਅਧਿਕਾਰੀ ਆ ਜਿਹੜੇ ਉਹ ਵੀ ਮਿਲੇ ਹੋਏ ਆ। ਤੁਸੀਂ ਦੇਖੋ ਬਈ, ਪਿੱਛੇ ਹਜੇ 15 ਦਿਨ ਵੀ ਨਹੀਂ ਹੋਏਗੇ, ਖਖਰਾਣੇ ਦਾ ਮੁੰਡਾ ਸੀ ਇੱਕ, ਅਮਰਤਪਾਲ, 24-25 ਸਾਲ ਦੀ ਉਹਦੀ ਉਮਰ ਸੀਗੀ, 3 ਕੁ ਮਹੀਨੇ ਨੂੰ ਬਾਹਰੋਂ ਆਏ ਨੂੰ ਹੋਏ ਸੀ, ਉਹਦੀ ਡੈਥ ਹੋ ਗਈ ਓਵਰਡੋਜ਼ ਦੇ ਨਾਲ, ਅੰਮ੍ਰਿਤਸਰ ਰੋਡ 'ਤੇ ਡੈਡ ਬੋਡੀ ਉਹਦੀ ਮਿਲੀ ਸੀ। ਹੁਣ ਅੱਜ ਅਮਰਜੀਤ ਜਿਹੜਾ ਡਾਲੇ ਦਾ ਲੜਕਾ ਹੈਗਾ, ਉਹਦੀ ਅੱਜ ਓਵਰਡੋਜ਼ ਨਾਲ ਡੈਥ ਹੋ ਚੁੱਕੀ ਹੈ। ਇਸੇ ਤਰ੍ਹਾਂ ਪਿਛਲੇ ਸਾਲ ਦਾ ਇੱਕ ਡਾਟਾ ਆਇਆ ਕਿ ਤਕਰੀਬਨ 96 ਮੌਤਾਂ ਇੱਕ ਸਾਲ ਦੇ ਵਿੱਚ ਹੋਈਆਂ, ਤਕਰੀਬਨ 8 ਮੌਤਾਂ ਮਹੀਨੇ ਦੀਆਂ, ਮਤਲਬ ਕਿ ਹਰ ਮਹੀਨੇ ਹੋ ਰਹੀਆਂ ਹੈਗੀਆਂ। ਪੰਜਾਬ ਦੇ ਵਿੱਚ ਸਭ ਤੋਂ ਮਾੜੀ ਗੱਲ ਇਹ ਹੈਗੀ ਹੈ ਕਿ ਜਿਹੜੀ ਪਾਈਪਲਾਈਨ ਹੈ, ਚਾਹੇ ਜਿਹੜੇ ਡੀ ਐਡਿਕਸ਼ਨ ਸੈਂਟਰ ਹੈ, ਉਹ ਵੀ ਕਿਤੇ ਨਾ ਕਿਤੇ ਫੇਲ ਹੋ ਚੁੱਕੇ ਆ, ਐਡਿਕਸ਼ਨ ਸੈਂਟਰ ਬਣ ਚੁੱਕੇ ਆ। ਸੁਬਹਾ ਸਾਨੂੰ ਫੋਨ ਆਇਆ ਕਿ ਇੱਕ
ਬੋਨਾ ਪਿੰਡ ਦੀ ਡਰੇਨ 'ਤੇ ਇੱਕ ਨੌਜਵਾਨ ਦੀ ਬੋਡੀ ਪਈ ਹੋਈ ਹੈ ਜੋ ਕਿ ਮ੍ਰਿਤ ਹੈ। ਉੱਥੇ ਸਾਡੇ ਜਦੋਂ ਪੁਲਿਸ ਪਾਰਟੀ ਪਹੁੰਚੀ ਤਾਂ ਦੇਖਿਆ ਉੱਥੇ ਇੱਕ ਨੌਜਵਾਨ ਜਿਸਦਾ ਨਾਮ ਅਮਰਜੀਤ ਦੱਸਿਆ ਗਿਆ, ਅਮਰਜੀਤ ਸਨ ਆਫ ਜਸਵੀਰ ਸਿੰਘ ਡਾਲਾ ਦਾ ਵਾਸੀ ਹੈ, ਉਮਰ ਕਰੀਬ ਉਹਦੀ 31 ਸਾਲ ਹੈ। ਅਤੇ ਉਸਨੂੰ ਅਸੀਂ ਹੋਸਪਿਟਲ ਲੈ ਜਾ ਪੁਲਿਸ ਪਾਰਟੀ ਹੋਸਪਿਟਲ ਲੈ ਜਾਈਏ, ਉੱਥੇ ਆ ਕੇ ਡਾਕਟਰ ਸਾਹਿਬ ਦੇ ਹਵਾਲੇ ਮੋਰਚੀ ਲਾ ਦਿੱਤਾ। ਹੁਣ ਅੱਗੇ ਜੋ ਕਾਰਵਾਈ ਹੈ ਉਹਦੀ ਪੋਸਟਮਾਰਟਮ ਹੋਣਾ, ਪੋਸਟਮਾਰਟਮ ਦੇ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਊਗੀ। ਪਰਿਵਾਰ ਨੇ ਦੱਸਿਆ ਜੀ ਵੀ ਮੌਤ ਕਿਸ ਤਰ੍ਹਾਂ? ਪਰਿਵਾਰ ਨੇ ਹਜੇ ਤੱਕ ਕੁਛ ਨਹੀਂ, ਪਰਿਵਾਰ ਨੇ ਸਿਰਫ ਇਹੀ ਦੱਸਿਆ ਸੁਬਹਾ 6:30 ਘਰੋਂ ਗਿਆ ਸੀਗਾ, ਉਸ ਤੋਂ ਬਾਅਦ ਘਰ ਨਹੀਂ ਆਇਆ ਇਹ। ਅਤੇ ਖਬਰ ਆਈ ਉਹਨਾਂ ਨੂੰ ਵੀ ਇੱਥੇ ਤੁਹਾਡਾ ਬੇਟਾ ਵੀ ਉਹਦੀ ਡੈੱਡ ਬੋਡੀ ਪਈ ਹੋਈ ਹੈ।